हाँ जी भाजी सत श्रीकाल जी। होर भाजी ठीक ठाक जी बड़ी चल रहे काम जी। अज फिर भाजी किन्ने पैसे ले जी? हाँ जी चलो ठीक है जी। चलो एड्रेस बोलो भाजी फिर। ਪਿੰਡ ਆਪਣਾ ਰਾਮਪੁਰਾ ਵਾ। ਹਾਂਜੀ ਜ਼ਿਲ੍ਹਾ ਵੀ ਅੰਬਰਸਰ, ਤਹਿਸੀਲ ਵੀ ਅੰਬਰਸਰ। ਠੀਕ ਹੈ ਜੀ। ਜਲੰਧਰ ਰੋਡ ਉੱਤੇ ਆ। ਠੀਕ ਹੈ ਜੀ ਪਿੰਡ। ਹਾਂਜੀ ਹਾਂਜੀ ਵੀਰ ਮੇਰੇ ਵੇਚ ਲਿਆ ਕਰਨ। ਠੀਕ ਹੈ ਜੀ। ਠੀਕ ਹੈ ਤੇ ਨਾਮ ਤੇ ਫੋਨ ਨੰਬਰ ਜੀ? ਨਾਮ ਮੇਰਾ ਮੰਗਾ ਵਾ ਜੀ। ਹਾਂਜੀ ਨੰਬਰ ਹੈਗਾ 98781380013। ਹਾਂਜੀ 84462913। ਠੀਕ ਹੈ ਜੀ ਦੋਵੇਂ ਨੰਬਰ। ਹਾਂਜੀ ਆਪਣੇ ਬਾਕੀ ਜਿੰਨੇ ਵੀ ਨੇ ਲੈਣਾ ਤਸੱਲੀ ਆਪਣੀ ਕਰਕੇ। ਕੱਲ ਨੂੰ ਕਹਣਾ ਵੰਡ ਕੋਈ ਪਾਉਂਦੇ ਕਿਹੜਾ ਪਾਉਂਦੇ ਕਿਹੜੇ ਖਾਂਦੇ। ਹਾਂਜੀ ਤੁਹਾਡੇ ਘਰਾਂ ਤੋਂ ਆਉਂਦੇ ਡੰਗਰ ਆਪਾਂ ਘਰ ਦੇ ਫੈਕਟਰੀ ਲਈ ਨਹੀਂ ਬਣਾਉਣ ਡੇ ਵੰਡ ਉਹਨਾਂ ਆਪਣਾ ਤਿਆਰ ਕਰਦੇ। ਹਾਂਜੀ ਹਾਂਜੀ ਸਹੀ ਸਹੀ ਗੱਲ ਜਿਹੜਾ ਵੰਡ ਦੁਕਾਨਾਂ ਤੋਂ ਮਿਲਦਾ ਉਹ ਪਾਉਂਦੇ। ਹਾਂਜੀ ਹਾਂਜੀ ਜੇ ਡੰਗਰ ਲੈ ਆਉਣਾ ਨਾਲ ਵੰਡ ਲੈ ਆਇਆ ਕਰੋ। ਹਾਂਜੀ ਪਾ ਕੇ ਮੈਨੂੰ ਵੇਖ ਲਿਆ ਕਰੋ ਵੀ ਕਿਹੜਾ ਖਾਂਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਆਪਣੀ ਤਸੱਲੀ ਕਰ ਲਿਆ ਕਰੋ ਬਾਅਦ ਮੈਂ ਕਿਹੜਾ ਵੰਡ ਖਾਂਦੀ ਆ ਕਿਹੜਾ ਨਹੀਂ ਖਾਂਦੀ। ਹਾਂਜੀ ਹਾਂਜੀ ਆਪਣੀ ਤਸੱਲੀ ਤਸੱਲੀ ਕਰੋ ਬਿਲਕੁਲ ਜੀ ਬਾਅਦ ਲਾਂਭੇ ਦੇਣੇ ਕੋਈ ਕੋਈ ਲਾਂਭਾ ਨੂੰ ਆਪਾਂ ਲੈਣਾ। ਠੀਕ ਹੈ ਜੀ ਠੀਕ ਹੈ ਬਾਸ ਠੀਕ ਹੈ ਜੀ। ਇਹਦੇ ਬਾਰੇ ਸੁਖਾ ਬਾਰੇ ਇਹ ਦੂਜਾ ਸੁਆ ਵਛੀ ਆ ਜੀ। ਹਾਂਜੀ ਸੂਈ ਜੇ ਤਾਜੀ ਪੱਕੋ ਸੂਈ ਮਰੇ ਵਛੀ ਹੈ ਬਹੁਤ। ਅੱਛਾ ਵਛੀ ਹੈ ਜੀ ਬਾਬਾ ਜੀ ਠੀਕ ਹੈ ਜੀ। ਆ ਦੇਖੋ ਜੀ ਆ ਦੇਖੋ ਤੇ ਭਾਜੀ ਕਿੰਨਾ ਗਿਆ ਇਸ ਟਾਈਮ? 12 13 ਕਿਲੋ ਬੋਲਾ ਹੋਰ 15 ਕਿਲੋ ਦੱਸ ਦੂੰ। ਠੀਕ ਹੈ 12 13 ਕਿਲੋ ਬੋਲਾ ਜੀ ਆ ਦੇਖੋ ਆ ਦੇਖੋ ਲੈ ਚਲੋ ਆ ਜਾ ਬੱਚੇ ਆ ਜਾ ਹਾਂਜੀ ਹਾਂਜੀ ਤੇ ਭਾਜੀ ਫਿਰ ਕੀਮਤ ਜੀ ਇਹਦੀ? ਕੀਮਤ ਸੰਦੀਪ ਜੀ ਬਿਲਕੁਲ ਜੀ ਆਈ ਹੈ 33000 ਦੀ। ਬਾਕੀ 35-36000 ਦੀ ਵੇਚ। ਹਾਂਜੀ 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 ਮਾਮਲੇ 35-36000 ਦੇ ਦੇਣਾ ਰੇਟ। ਹਾਂਜੀ ਚਲੋ ਆਪਣਾ ਭਾਅ ਨਾ ਭਾਅ ਬਿਲਕੁਲ ਬਿਲਕੁਲ ਜੀ ਬਿਲਕੁਲ ਹਲੇ ਟਾਈਮ ਵੇ ਰੁਪਿਆ ਸ਼ਾਪਾ ਮਸ਼ੀਨ ਆ ਪੂਰੀ ਕਾਪਰ ਹੋਈ। ਹਾਂਜੀ ਹਾਂਜੀ ਤੇ ਚਵਾਈ ਫਿਰ ਸੁਬਾ ਜੀ 5 ਵਜੇ ਜੀ 5 ਵਜੇ ਦੀ ਚਵਾਈ ਹੈ 4:30 ਵਜੇ ਉੱਠੀ ਦਾ 5 ਵਜੇ ਦੀ ਬਾ 1:30 ਵਜ ਚੁੱਕਾ ਜੀ 1:30 ਵਜ ਚੁੱਕਾ ਤੇ ਇਹ ਮਾਜੀ ਬਾਜੀ ਛੋਟੀ ਦੂਜਾ ਸੁਬਾ ਜੀ ਇਹ ਬਸ ਕੱਟਾ ਰਹੇ। ਅੱਛਾ ਜੀ ਦੁੱਧ ਹੋਣ ਇਥੇ ਨੈਟ। ਹਾਂਜੀ ਸਾਡੇ ਘਰੇ ਕੱਡੇ ਨਾਲ ਚੋ ਕੇ ਚਾਹੇ ਲੀਟਰ ਮਾ ਜਿੱਦਾਂ ਬੱਕੀ ਠੀਕ ਹੈ ਜੀ ਆਪਾਂ ਇਹ ਲੀਟਰ ਦਾ ਲੈਂਦੇ ਆ। ਹਾਂਜੀ ਦੁੱਧ 13 ਲੀਟਰ ਹੋਊਗਾ ਬੱਚੇ ਨੂੰ ਛੱਡ 13 ਲੀਟਰ ਬੱਚੇ ਨੂੰ ਛੱਡ ਗਏ ਬੱਚੇ ਠੀਕ ਹੈ ਜੀ। ਹਾਂਜੀ ਦੇਖੋ ਜੀ ਬਹੁਤ ਸੋਹਣੀ ਝੋਟੀ ਜੀ ਮੈਂ ਦੇਖੋ ਪੂਰੀ ਰਾਜੀ ਮਾਜੇ ਬਾਕੀ ਥਾਂ ਲਿਆ ਦੇਖੋ ਥਾਂ ਲਿਆ ਬਹੁਤ ਸੋਹਣਾ ਆ ਦੇਖੋ ਕੀ ਜੇ ਦੁਨੀਆ ਆਈ ਕਿ ਬਾਹਰ ਦੁੱਧ ਹੋ ਜਰਾ 14-15 ਆ ਦੇਖੋ ਜੀ ਬਲੇ ਆਵੇ ਜੀ ਲਿਆ ਤੇ ਭਾਜੀ ਚੁਆਈ ਕਿਉਂ ਠੀਕ ਹੈ ਜੀ? ਬਿਲਕੁਲ ਜੀ ਇੱਕ ਨੰਬਰ ਚੁਆਈ ਹੈ ਇੱਕ ਨੰਬਰ ਸਲੀ ਕਰਕੇ ਕਰੇ ਕਾਰਦਾਰ ਵੀ ਢਾਈ ਕਿਲੋ ਦੁੱਧ। ਅੱਛਾ ਠੀਕ ਹੈ ਜੀ ਤੇ ਭਾਜੀ ਫਿਰ ਕੀਮਤ ਜੀ ਇਹਦੀ? ਕੀਮਤ ਸੰਦੀਪ ਜੀ ਦੋਤਾ ਸਾਹ ਲਈਏ ਫਿਰ 90-95000 ਦੀ ਲੋਕਾਂ ਦੇ ਹਿਸਾਬ ਨਾਲ ਆਪਾਂ। ਹਾਂਜੀ ਆਪਾਂ ਭਾਰੇ 82000 ਦੀ ਦੇ ਦਾਂਗੇ। 82000 ਦੇ ਦੁੱਧ ਤੋਲ ਕੇ ਦਵਾਂਗੇ ਠੀਕ ਹੈ ਸਲੀ ਕਰੇ ਠੀਕ ਹੈ ਫੁੱਲ ਆਪ ਬਾ ਠੀਕ ਜਿੱਦਾਂ ਚੰਗਾ ਲੱਗੀ ਉਦਾਂ ਹੀ ਬਾ ਠੀਕ ਹੈ ਜੀ ਠੀਕ ਹੈ ਜੀ ਠੀਕ ਬਾਅਦ ਚ ਕਾਰੀ ਕਾਰੀ ਜਿੱਦਾਂ ਨਾ ਪਾਉ ਉਦਾਂ ਨਾ ਚੋ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਨਾਗੇ ਦੇ ਵੰਡ ਪਾਉਣਾ ਨਾ ਮੱਕੇ ਬਿਲਕੁਲ ਜੀ ਬਿਲਕੁਲ ਇਹ ਹੈਗਾ ਜੀ ਭਾਜੀ ਇਹਦੇ ਬਾਰੇ ਦੱਸੋ ਜੀ। ਇਹ ਦੂਜਾ ਸੁਆ ਤੀਜਾ ਸੁਆ ਛੋਟੀ ਆਪਾਂ ਹੋ ਗਈ। ਅੱਛਾ ਜੀ ਇਹ ਕਟਾ ਸੂਈ ਹੋ ਗਈਆਂ ਪੰਨੀਆਂ ਦਿਨਾਂ ਦੀ ਠੀਕ ਹੈ ਜੀ। ਹਾਂਜੀ ਜੀ ਤੇ ਦੁੱਧ ਜੀ ਦੁੱਧ 10 ਕਿਲੋ ਨੈਟ ਤਿਆਰ ਹੋਊਗਾ 10 ਕਿਲੋ ਨੈਟ ਤਿਆਰ ਹੈ ਜੀ। ਖੁੱਡਾ ਬੈਠਾ ਹੀ ਵਿਖਾ ਦਿਓ ਕਿਸੇ ਨੂੰ ਥੱਲੇ ਵਾਲੇ ਨੂੰ ਅੱਜ ਕੱਲ ਨੂੰ ਵਿਆਹ ਹੁੰਦਾ ਵਾ। ਹਾਂ ਆ ਦੇਖੋ ਜੀ ਬਿਲਕੁਲ ਜੀ ਬਿਲਕੁਲ ਖੁੱਡਾ ਬੈਠਾ ਜੀ ਸਾਈਡ ਦਾ ਦੁੱਲਾ ਆ ਦੇਖੋ ਲੱਗਿਆ ਲੈ। ਹਾਂਜੀ ਹਾਂਜੀ ਆ ਦੇਖੋ ਠੀਕ ਹੈ ਜੀ ਆ ਦੇਖੋ ਜੀ ਆ ਬੈਠਾ ਖੁੱਡਾ ਆ ਦੇਖੋ ਕੋਈ ਦਿੱਕਤ ਕੋਈ ਨਹੀਂ ਖੁੱਡੇ ਬੈਠੇ ਨੇ ਹਾਂਜੀ ਹਾਂ ਬਿਲਕੁਲ ਜੀ।
ਆ ਬੱਚਾ ਹੈ ਜੀ ਆ ਬੱਚਾ ਕਟਾ ਆ ਦੇਖੋ ਜੀ ਔਰ ਪਰੀਆਂ ਦੇ ਨਾਲ ਹੀ ਸੋਈ ਜੀ ਹਾਂ ਜੀ ਹਾਂ ਸੋਈ ਪੰਜੀਆਂ ਦੀ ਲਾੜੋ ਕੋਈ ਗੱਲ ਨਹੀਂ ਬਸ ਠੀਕ ਹੈ ਠੀਕ ਹੈ ਆ ਛੋਟੀ ਪਹਿਲਾਂ ਤਾਂ 6-7 ਕਿਲੋ ਉਹ ਕੱਟੀ ਜੇ 2 ਮਹੀਨੇ ਸੋਈ ਜੀ ਅੱਛਾ ਆ ਲਈ ਹੈ ਜੀ ਚਲੋ ਟੈਂਗੇ ਲਾੜੋ ਇਹੋ ਪੂਜੇ ਕੱਟੀ ਨਾਲ ਹੈ ਜੀ ਆ ਦੇਖੋ 6-7 ਕਿਲੋ ਤਾਂ ਪਹਿਲਾਂ ਕੱਟੀ ਪਹਿਲਾਂ ਛੋਟੀ ਹੈ ਜੀ ਤੇ ਛੋਟੀ ਬਹੁਤ ਸੋਹਣੀ ਹੈ ਵੀ ਆ ਦੇਖੋ ਚੱਲ ਚੱਲ ਬੱਸ ਆ ਦੇਖੋ ਤੇ ਬਾਜੀ ਫਿਰ ਇਹਦੀ ਕੀਮਤ ਜੀ ਹੈ ਚਾਲੀ ਹਜ਼ਾਰ ਦੀ ਛੋਟੀ ਅੱਛਾ ਜੀ ਲਿਆ ਜੀ ਲਿਆ ਬਾਜੀ ਫਿਰ ਇਹਦੀ ਕੀਮਤ ਜੀ ਹਾਂਜੀ ਅੜਤਾਲੀ ਹਜ਼ਾਰ ਦਸ ਕਿਲੋ ਹੈ ਠੀਕ ਹੈ ਜੀ ਠੀਕ ਹੈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਆਹੀ ਪਸ਼ੂ ਹੈ ਨਾ ਜੀ ਆਪਣਾ ਚੱਲੇ ਵੇਖੋ ਜੀ ਆਹ ਪਸ਼ੂ ਬਾਈ ਦਾ ਬੱਚੇ ਆ ਗਏ ਜੀ ਅੱਛਾ ਉਹ ਪਰਦੀ ਦਾ ਨਾ ਜੀ ਠੀਕ ਹੈ ਜੀ ਬਸ ਠੀਕ ਹੈ ਜੀ ਵੱਡੀ ਦਾ ਤੇ ਆਹ ਕੱਟੀ ਜਾਂਦੀ ਆ ਗਈ ਆਹ ਬੱਛੀ ਹੈ ਜੀ ਜੀ ਆਹ ਪਸ਼ੂ ਬਾਈ ਕੋਲ ਜੀ ਤੇ ਫਿਰ ਵੀ ਇੱਥੇ ਆ ਕੇ ਦੋ ਟਾਈਮ ਚੁਆਈ ਕਰੋ ਆਹਦੀ ਪਾਸ ਕਰੋ ਸਹੀ ਹੈ ਕਿ ਨਹੀਂ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਭਾਜੀ ਹਾਂ ਸਹੀ ਗੱਲ ਬਿਲਕੁਲ ਜੀ ਭਾਜੀ ਹਾਂਜੀ ਹਾਂਜੀ ਚਲੋ ਨੰਬਰ ਬਾਈ ਫਿਰ ਬੋਲਦੇ ਜੀ ਆਪਣਾ ਨੰਬਰ ਹੈਗਾ 98781381 4 92 3 3 ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਠੀਕ ਹੈ ਜੀ ਚਲੋ ਫਿਰ ਜਿਸ ਤਰ੍ਹਾਂ ਗੱਲ ਤੁਸੀਂ ਕਰ ਲਈ ਸਤਿ ਸ਼੍ਰੀ ਅਕਾਲ ਜੀ